मॉर्निंग स्टूडेंट्स, टॉपिक चल रहा है फंडामेंटल राइट्स। तो अच्छा आप पंचवा फंडामेंटल राइट कल्चरल एंड एजुकेशनल राइट की गल करांगे, जो कि आर्टिकल 29 तो 30 दे विच एक्सप्लेन किया गया है। सभ्याचार अते सिक्ख्या दा अधिकार, जिवें कि आपां नूं पता है कि इंडिया दे विच बहुत सारे धर्मां ਭਾਸ਼ਾਵਾਂ ਜਾਤਾਂ ਦੇ ਸੱਭਿਆਚਾਰਾਂ ਦੇ ਲੋਕ ਰਹਿੰਦੇ ਆ। ਸੋ ਦ ਕੋਨਸਟੀਟਿਊਸ਼ਨ ਪ੍ਰੋਵਾਈਡ ਪ੍ਰੋਟੈਕਸ਼ਨ ਟੂ ਦਾ ਰਾਈਟਸ ਆਫ ਮਨਿਓਰਟੀਜ਼। ਘੱਟ ਗਿਣਤੀ ਜੋ ਘੱਟ ਵਰਗ ਦੇ ਲੋਕ ਆ ਉਹਨਾਂ ਦੇ ਵਾਸਤੇ ਇਹ ਕੋਨਸਟੀਟਿਊਸ਼ਨ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਸ਼ਨ ਦੇ ਰਿਹਾ ਹੈ। ਇੱਥੇ ਫਸਟਲੀ ਕੁਐਸਚਨ ਆਉਂਦਾ ਹੈ ਆਪਾਂ ਨੂੰ ਕਿ ਮਨਿਓਰਟੀ ਕੀ ਹੁੰਦਾ ਹੈ। ਮਨਿਓਰਟੀ ਘੱਟ ਸੰਖਿਆ ਵਾਲੇ ਲੋਕ ਆ ਫਿਊ ਨੰਬਰ ਆਫ ਪੀਪਲ ਔਨ ਦਾ ਬੇਸ ਆਫ ਕਲਚਰ ਲੈਂਗੁਏਜ ਕਾਸਟ। ਥੋੜ੍ਹੇ ਲੋਕ ਜਿਵੇਂ ਕਿ ਕਿਸੇ ਘੱਟ ਭਾਸ਼ਾ ਬੋਲਣ ਵਾਲੇ ਲੋਕ ਵੀ ਇੱਕ ਭਾਸ਼ਾ ਨੂੰ ਬੋਲਣ ਵਾਲੇ ਘੱਟ ਗਿਣਤੀ ਦੇ ਵਿੱਚ ਲੋਕ ਹੋਣ, ਘੱਟ ਗਿਣਤੀ ਵਾਲੇ ਇੱਕ ਸੱਭਿਆਚਾਰ ਦੇ ਲੋਕ ਹੋਣ। ਜਿਸ ਤਰ੍ਹਾਂ ਕਿ ਆਪਾਂ ਇਗਜ਼ੈਂਪਲ ਲੈ ਸਕਦੇ ਹਾਂ ਕੇਰਲਾ ਦੀ, ਕੇਰਲਾ ਦੇ ਵਿੱਚ ਕ੍ਰਿਸਚਨ ਪੀਪਲ ਹੈ ਤਾਂ ਕ੍ਰਿਸਚਨ ਲੋਕ ਹੈ ਜਿਹੜੇ ਕੇਰਲਾ ਦੇ ਵਿੱਚ ਉਹਨਾਂ ਦੀ ਮਨਿਓਰਟੀ ਹੈ, ਮਜੋਰਟੀ ਹੈ। ਕਿਉਂ? ਕਿਉਂਕਿ ਕੇਰਲਾ ਦੇ ਵਿੱਚ ਕ੍ਰਿਸਚਨ ਲੋਕ ਧਰਮ ਨੂੰ ਲੋਕ ਜ਼ਿਆਦਾ ਮੰਨਦੇ ਆ, ਤਾਂ ਉਹ ਹੋ ਗਈ ਮਜੋਰਟੀ। ਬਟ ਜੇ ਉੱਥੇ ਮੁਸਲਿਮ ਪੀਪਲ ਰਹਿੰਦੇ ਆ ਤਾਂ ਉਹ ਲੋਕ ਉੱਥੇ ਮਨਿਓਰਟੀ ਦੇ ਵਿੱਚ ਆ। ਕਿਉਂ? ਕਿਉਂਕਿ ਮੁਸਲਮਾਨਾਂ ਦੀ ਗਿਣਤੀ ਘੱਟ ਆ, ਉੱਥੇ ਮੁਸਲਿਮ ਧਰਮ ਨੂੰ ਮੰਨਣ ਵਾਲੇ ਲੋਕ ਘੱਟ ਆ, ਤਾਂ ਉਹ ਮਨਿਓਰਟੀ ਕਹੀ ਜਾਊਗੀ ਕੇਰਲਾ ਦੇ ਵਿੱਚ। ਉਹਦੇ ਕੰਪੈਰੀਜ਼ਨ ਜੇਕਰ ਆਪਾਂ ਯੂਪੀ ਦੇ ਵਿੱਚ ਦੇਖਦੇ ਹਾਂ, ਮਤਲਬ ਉੱਤਰ ਪ੍ਰਦੇਸ਼ ਦੇ ਵਿੱਚ ਦੇਖਦੇ ਹਾਂ, ਤਾਂ ਉੱਥੇ ਜ਼ਿਆਦਾਤਰ ਲੋਕ ਕੀ ਆ? ਹਿੰਦੂ ਆ, ਹਿੰਦੂ ਲੋਕਾਂ ਦੀ ਉੱਥੇ ਮਜੋਰਟੀ ਆ। ਬਟ ਕ੍ਰਿਸਚਨ ਲੋਕਾਂ ਦੀ ਉੱਤਰ ਪ੍ਰਦੇਸ਼ ਦੇ ਵਿੱਚ ਕੀ ਹੋਊਗੀ? ਮਨਿਓਰਟੀ ਹੋਊਗੀ। ਕਿਸੇ ਜਗ੍ਹਾ 'ਤੇ ਫਿਊ ਨੰਬਰ ਆਫ ਪੀਪਲ ਦਾ ਹੋਣਾ, ਘੱਟ ਲੋਕਾਂ ਦਾ ਹੋਣਾ ਕਿਹਦਾ? ਕਿਸੇ ਖਾਸ ਬੇਸ 'ਤੇ, ਮਤਲਬ ਕਿਸੇ ਖਾਸ ਕਲਚਰ ਵਾਲੇ ਲੋਕਾਂ ਦਾ, ਕਿਸੇ ਖਾਸ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਣਾ ਕਿਸੇ ਵੀ ਸਟੇਟ ਦੇ ਵਿੱਚ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਮਨਿਓਰਟੀਜ਼। ਜਿਸ ਤਰ੍ਹਾਂ ਦੇ ਨਾਲ ਅਲੱਗ ਅਲੱਗ ਕਬੀਲੇ ਦੇ ਲੋਕ ਹੁੰਦੇ ਆ, ਜਾਂ ਅਲੱਗ ਅਲੱਗ ਕਿਸੇ ਜਾਤ ਦੇ ਲੋਕਾਂ ਦੀ ਘੱਟ ਗਿਣਤੀ ਦਾ ਹੋਣਾ ਕਿਸੇ ਵੀ ਪਾਰਟ ਦੇ ਵਿੱਚ, ਉਹਨੂੰ ਮਨਿਓਰਟੀ ਕਹਿੰਦੇ ਹਾਂ। ਸੋ ਟੂ ਪ੍ਰਜ਼ਰਵ ਐਂਡ ਗਿਵ ਈਕੁਅਲ ਰਾਈਟਸ ਟੂ ਮਨਿਓਰਟੀ, ਗਿਵ ਈਕੁਅਲ ਸਟੇਟਸ ਟੂ ਮਨਿਓਰਟੀ, ਦਿਸ ਰਾਈਟ ਹੈਜ਼ ਬੀਨ ਬਰਾਊਟ ਇਨ ਟੂ ਪਲੇਸ। ਤਾਂ ਸਪੈਸ਼ਲੀ ਇਹਦੇ ਵਿੱਚ ਮਨਿਓਰਟੀ ਨੂੰ ਮੈਂਸ਼ਨ ਕੀਤਾ ਗਿਆ ਹੈ, ਕਿਉਂਕਿ ਮੈਜੋਰਟੀ ਵਾਲੇ ਲੋਕ ਹੁੰਦੇ ਆ ਜਿਹੜੇ ਉਹਨਾਂ ਦੀ ਲੈਂਗੁਏਜ, ਉਹਨਾਂ ਦਾ ਕਲਚਰ, ਉਹਨਾਂ ਦੀ ਐਜੂਕੇਸ਼ਨ ਤਾਂ ਪ੍ਰਜ਼ਰਵ ਹੋ ਰਹੀ ਹੈ ਆਪਣੇ ਆਪ ਹੀ, ਉਹ ਤਾਂ ਜਿਹੜੀ ਹੈਗੀ ਆ ਵੀ ਉਹਨੂੰ ਪ੍ਰੋਟੈਕਸ਼ਨ ਮਿਲ ਰਹੀ ਹੈ ਕੋਨਸਟੀਟਿਊਸ਼ਨ ਦੇ ਵੱਲੋਂ। ਬਟ ਮਨਿਓਰਟੀਜ਼ ਰਹਿ ਜਾਂਦੀਆਂ ਹੈ ਜਿਨ੍ਹਾਂ ਦੀ ਕਿ ਭਾਸ਼ਾ ਦੇ ਖਤਮ ਹੋਣ ਦਾ ਡਰ ਹੁੰਦਾ ਹੈ, ਜਿਨ੍ਹਾਂ ਦੇ ਕਲਚਰ, ਜਿਨ੍ਹਾਂ ਦੇ ਰਿਲੀਜ਼ਨ ਦੇ ਖਤਮ ਹੋ ਜਾਣ ਦਾ, ਲੁਪਤ ਹੋ ਜਾਣ ਦਾ ਡਰ ਹੁੰਦਾ ਹੈ। ਤਾਂ ਕਰਕੇ ਇੱਥੇ ਸਪੈਸ਼ਲੀ ਮਨਿਓਰਟੀਜ਼ ਦੇ ਰਾਈਟਸ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਆ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਦੇ ਵਿੱਚ। ਕਲੀਅਰ? ਸੋ ਆਰਟੀਕਲ 29 ਦੀ ਗੱਲ ਕਰਾਂਗੇ। ਆਰਟੀਕਲ 29 ਦੇ ਵਿੱਚ ਕੀ ਕਿਹਾ ਗਿਆ ਹੈ? ਐਵਰੀ ਕਮਿਊਨਿਟੀ ਵਿੱਚ ਹੈਜ਼ ਅ ਲੈਂਗੁਏਜ ਐਂਡ ਆ ਸਕ੍ਰਿਪਟ ਆਫ ਇਟਸ ਓਨ। ਕੋਈ ਵੀ ਕਮਿਊਨਿਟੀ ਜਿਹਦੀ ਕਿ ਆਪਦੀ ਭਾਸ਼ਾ ਹੈ, ਆਪਦਾ ਕਲਚਰ ਹੈ, ਹੈਜ਼ ਰਾਈਟ ਟੂ ਕੰਜ਼ਰਵ ਐਂਡ ਡਿਵੈਲਪ ਦੈਮ। ਉਹਨੂੰ ਰਾਈਟ ਹੈ, ਉਹਨੂੰ ਅਧਿਕਾਰ ਹੈ, ਉਹ ਇਸ ਚੀਜ਼ ਨੂੰ, ਆਪਦੀ ਭਾਸ਼ਾ ਨੂੰ, ਆਪਦੇ ਧਰਮ ਨੂੰ ਸਾਂਭ ਕੇ ਰੱਖ ਸਕਦੇ ਆ ਅਤੇ ਇਹਨੂੰ ਡਿਵੈਲਪ ਕਰ ਸਕਦੇ ਆ। ਡਿਵੈਲਪ ਕਰਨ ਦੇ ਵਾਸਤੇ ਐਕਟੀਵਿਟੀਜ਼ ਆਪਦੀਆਂ ਜਾਰੀ ਰੱਖ ਸਕਦੇ ਆ। ਨੈਕਸਟ ਕੀ ਹੈ? ਨੋ ਸਿਟੀਜ਼ਨ ਕੈਨ ਬੀ ਡਿਸਕ੍ਰੀਮੀਨੇਸ਼ਨ ਫੋਰ ਐਡਮਿਸ਼ਨ ਇਨ ਸਟੇਟ ਔਰ ਸਟੇਟ ਏਡਡ ਐਜੂਕੇਸ਼ਨਲ ਇੰਸਟੀਟਿਊਸ਼ਨ ਬਿਕੋਜ਼ ਆਫ ਰਿਲੀਜ਼ਨ ਔਰ ਲੈਂਗੁਏਜ ਔਰ ਰੇਸ ਔਨ ਦਾ ਔਰ ਦਾ ਕਾਸਟ। ਕਹਿੰਦੇ ਕੋਈ ਵੀ ਸਿਟੀਜ਼ਨ ਨੂੰ ਐਡਮਿਸ਼ਨ ਲੈਣ ਦੇ ਵਾਸਤੇ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ, ਕਿਸੇ ਵੀ ਸਟੇਟ ਦਾ ਕੋਈ ਵੀ ਐਜੂਕੇਸ਼ਨਲ ਇੰਸਟੀਚਿਊਟ ਹੈ, ਕੋਈ ਵੀ ਸਿੱਖਿਅਕ ਅਦਾਰਾ ਹੈ, ਉੱਥੇ ਐਡਮਿਸ਼ਨ ਲੈਣ ਦੇ ਵਿੱਚ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਕੀਤਾ ਜਾਊਗਾ ਜੋ ਧਰਮ ਦੇ ਆਧਾਰ 'ਤੇ, ਭਾਸ਼ਾ ਦੇ ਆਧਾਰ 'ਤੇ, ਸ਼੍ਰੇਣੀ ਦੇ ਆਧਾਰ 'ਤੇ ਜਾਂ ਜਾਤ ਦੇ ਆਧਾਰ 'ਤੇ। ਵੀ ਜੇਕਰ ਕੋਈ ਮਨਿਓਰਟੀ ਵਾਲੇ ਸਟੂਡੈਂਟ, ਇੱਥੇ ਮਨਿਓਰਟੀ ਦੀ ਗੱਲ ਖਾਸ ਹੋ ਰਹੀ ਹੈ ਕਿ ਮਨਿਓਰਟੀ ਦੀ ਗੱਲ ਹੋ ਰਹੀ ਹੈ ਕਿ ਜੇਕਰ ਕੋਈ ਘੱਟ ਗਿਣਤੀ ਵਾਲੇ ਅਲਪ ਸੰਖਿਅਕ ਪਰਿਵਾਰਾਂ ਦੇ ਬੱਚੇ ਪੜ੍ਹਦੇ ਆ ਤਾਂ ਉਹਨਾਂ ਨੂੰ ਡਿਸਕ੍ਰੀਮੀਨੇਸ਼ਨ ਨਹੀਂ ਕੀਤਾ ਜਾਊਗਾ ਉਹਨਾਂ ਨਾਲ ਐਡਮਿਸ਼ਨ ਦੇ ਵਾਸਤੇ, ਵੀ ਤੁਸੀਂ ਘੱਟ ਗਿਣਤੀ ਵਾਲੇ, ਤੁਸੀਂ ਮਨਿਓਰਟੀ ਚਾਹੁੰਦੇ ਆ ਤਾਂ ਤੁਹਾਨੂੰ ਇੱਥੇ ਐਡਮਿਸ਼ਨ ਨਹੀਂ ਦਿੱਤੀ ਜਾਊਗੀ। ਇਸ ਤਰ੍ਹਾਂ ਦਾ ਕੋਈ ਵੀ ਬਿਹੇਵੀਅਰ ਉਹਨਾਂ ਨਾਲ ਨਹੀਂ ਕੀਤਾ ਜਾਊਗਾ, ਆਰਟੀਕਲ 29 ਦੇ ਵਿੱਚ ਮੈਂਸ਼ਨ ਹੈ। ਨੈਕਸਟ ਗੱਲ ਕਰਦੇ ਹਾਂ, ਜਾਂ ਇਹਨਾਂ ਦੇ ਵਿੱਚ ਸ਼ਡਿਊਲ ਟ੍ਰਾਈਬਸ, ਸ਼ਡਿਊਲ ਕਾਸਟਰਸ ਉਹ ਵੀ ਆ ਜਾਂਦੀ ਹੈ। ਠੀਕ ਹੈ,
आर्टिकल 30, आर्टिकल 30 दे विच की किया गया है, ऑल द मिनोरिटीज कैन सेटअप जां कोई भी रिलीजियस और लिंग्विस्टिक कैन सेटअप देयर ओन एजुकेशनल इंस्टीट्यूशंस। हुण की है कि मिनोरिटीज मान लो भी कोई क्रिश्चन धर्म वाला है अपने इंडिया दे विच आके वह आपका कोई एजुकेशनल इंस्टीट्यूशन चलाना चाहते हैं जिन्हां दे विच क्रिश्चन रिलीजन के अकॉर्डिंग सिक्ख्या दी जाऊगी तो उसनों जोड़ा है अगे वह प्रोसीड करना चाहते हैं तो ये उन्होंने कोई नहीं रोक सकता, वो आपदे एजुकेशनल इंस्टीट्यूट चला सकते हैं, उन्होंने एडमिनिस्टर कर सकते हैं। क्लीयर? इस तरीके दे नाल वो आपदा कल्चर ते आपदी जो लैंग्वेज आ उन्हों प्रजर्व कर सकते हैं तो डेवलप कर सकते हैं। द स्टेट वाइल ग्रंटिंग एड टू एनी एजुकेशनल इंस्टीट्यूशन विल नॉट डिस्क्रिमिनेट ऑन द बेसिस इफ इट बीइंग मैनेज्ड बाय रिलीजियस और लिंग्विस्टिक मिनोरिटी। कहिंदे जेकर स्टेट किसी नूं ग्रांट दे रही है, मान लो भी किसी नूं फाइनैंशियल हैल्प कर रही है एजुकेशनल इंस्टीट्यूशन की, तो वह किसी के नाल डिस्क्रिमिनेशन नहीं कर सकती केस बेस पर कि यह वाला इंस्टीट्यूशन किसी रिलीजियस लिंग्विस्टिक मिनोरिटी के द्वारा चलाया जाता है, घट गिनती वाले अल्पसंख्यक जाति वालों या किसी रिलीजियस इंस्टीट्यूशन वालों किसी लिंग्विस्टिक मिनोरिटी के वालों जेकर कोई एजुकेशनल इंस्टीट्यूशन चलाया जाता है तो स्टेट ग्रांटिंग देन दे विच कोई ग्रांट देन दे विच उन्होंने डिस्क्रिमिनेशन नहीं कर सकती, सारियां नूं देऊगी इक्वल, उन्हां नूं भी वो पूरियां फैसिलिटीज़ आ जिहड़ियां वो दित्तियां जाणगियां वो मिलणगियां। सो आपां गल कीती है कल्चर एंड एजुकेशनल राइट ते इहदे विच स्पैशल रेफरेंस की सी मिनोरिटीज़, क्योंकि डेमोक्रेसी है जिहड़ी रूल बाय द मजोरिटी है तो आपां नूं पता है भी बहुमत दे द्वारा जिहड़ी हैगी डेमोक्रेसी चलाई जाती है, उन्हां दे अधिकार उन्हां दी लैंग्वेज वो सब कुछ प्रोटेक्ट हो रहा है, हो ही जाना ऐटोमैटिकली। बट गल किहदी रहिंदी है मिनोरिटीज़ की, भी इन्हां दे अधिकार वायोलेट ना हो जाण, इन्हां दे अधिकारां नूं किसी मजोरिटी दे द्वारा दबाया ना जा सके, डोमीनेंट ना हो जाण इन्हां ते मजोरिटी, तां करके कॉन्स्टिट्यूशन दे विच स्पैशल इन्हां दे जो अधिकारां दी प्रोटेक्शन दी गल कीती गई है अंडर द राइट ऑफ कल्चर एंड एजुकेशनल राइट आर्टिकल 29 to 30। थैंक्स।